ਧੱਕਾ ਮੁੱਕੀ ਵੀ ਹੁੰਦੀ ਪਈ ਆ। ਚਾਰ ਨੜੀਆਂ ਉੱਡ ਗਈਆਂ ਉੱਥੇ ਯਾਰ, ਚੁੱਕੀ ਆ ਘੱਟਾ ਘੱਟਾ 400 ਰੁਪਏ ਤੁਸੀਂ ਵੇਖ ਸਕਦੇ ਜੇ ਬਾਬੇ ਉਹ ਇੱਥੇ ਸਕੈਮ ਹੋਣ ਲੱਗਾ ਹੋਣੇ ਧਿਆਨ। ਵੈਲਕਮ ਟੂ ਗਾਈਸ ਇਨ ਮਾਈ ਨਦਰ ਵਲੌਗ, ਅਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਆਪਾਂ ਜਾ ਰਹੇ ਹਾਂ ਬਾਬਾ ਪਾਲਾ ਸਿੰਘ ਜੀ ਬਰਸੀ ਅਤੇ ਬਾਬਾ ਪਕਾਲਾ ਸਾਹਿਬ। ਪਿਛਲੀ ਵਾਰ ਵੀ ਗਏ ਹਾਂ, ਪਿਛਲੀ ਵਾਰੀ ਇੰਨੀ ਜ਼ਿਆਦਾ ਸਖਤ ਸੀ ਨਾ, ਕੋਈ ਮੈਂ ਲਫਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ। ਅਤੇ ਪਿਛਲੀ ਵਾਰ ਮੌਸਮ ਥੋੜ੍ਹਾ ਖਰਾਬ ਹੋਣ ਕਰਕੇ ਵੀ ਬਹੁਤ ਜ਼ਿਆਦਾ ਸੰਗਤ ਸੀ, ਅੱਜ ਮੌਸਮ ਬਿਲਕੁਲ ਸਾਫ਼ ਹੈ ਅਤੇ ਅੱਜ ਵੇਖਦੇ ਹਾਂ ਪਿਛਲੀ ਵਾਰ ਨਾਲੋਂ ਸੰਗਤ ਜ਼ਿਆਦਾ ਆ। ਸੋ ਵੇਖ ਕੇ ਤੁਹਾਨੂੰ ਦੱਸਦੇ ਹਾਂ, ਅਤੇ ਇੰਨੀ ਸੰਗਤ ਜਿਹੜੀ ਸੀ ਨਾ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਵੇਖੀ ਸੀ। ਬੜੇ ਮੇਲੇ ਵੇਖ ਕੇ ਬਹੁਤ ਸਾਰੇ ਜਗ੍ਹਾ 'ਤੇ ਗਿਆ, ਪਰ ਇੰਨੀ ਜਿਹੜੀ ਭੀੜ ਸੀ ਉਹ ਮੈਂ ਕਦੇ ਨਹੀਂ ਸੀ ਵੇਖੀ ਸੰਗਤ ਜਿੰਨੀ ਮੈਂ ਬਾਬਾ ਪਾਲਾ ਸਿੰਘ ਜੀ ਦੀ ਬਰਸੀ 'ਤੇ ਵੇਖੀ ਸੀ। ਸੋ ਅੱਜ ਜਾਓ ਜੀ, ਆਪਾਂ ਪਹੁੰਚ ਚੁੱਕੇ ਹਾਂ ਬਾਬਾ ਪਕਾਲਾ ਸਾਹਿਬ ਦੀ ਧਰਤੀ 'ਤੇ, ਅਤੇ ਮੋਟਰਸਾਈਕਲ ਆਪਾਂ ਜਮ੍ਹਾਂ ਕਰਾ ਤਾ, ਅਤੇ ਆ ਜਾਓ ਵਿਖਾਉਂਦੇ ਤੁਹਾਨੂੰ। ਹਰ ਸਾਈਡ ਤੁਹਾਨੂੰ ਲੰਗਰ ਅਤੇ ਸੰਗਤ ਹੀ ਨਜ਼ਰ ਆਊਗੀ, ਇੰਨੀ ਜ਼ਿਆਦਾ ਸ਼ਰਧਾ ਹੈਗੀ ਲੋਕਾਂ ਦੇ ਵਿੱਚ। ਗੁਰਦੁਆਰਾ ਸਾਹਿਬ ਦੇ ਲਾਗੇ ਤੱਕ ਅਤੇ ਬਹੁਤ ਸਾਰੇ ਲੰਗਰ ਆ, ਅਤੇ ਬਹੁਤ ਜ਼ਿਆਦਾ ਸਾਰੀ ਸੰਗਤ ਹੈਗੀ ਇੱਥੇ। ਅਤੇ ਹੁਣ ਟੇਕਣ ਲੱਗੇ ਹਾਂ ਜੀ ਆਪਾਂ ਮੱਥਾ, ਅਤੇ ਕਾਫੀ ਟਾਈਮ ਲੱਗ ਸਕਦਾ ਮੱਥਾ ਟੇਕਣ ਨੂੰ, ਕਿਉਂਕਿ ਬਹੁਤ ਸਾਰੀ ਸੰਗਤ ਹੈਗੀ ਆ, ਅਤੇ ਬਹੁਤ ਧੱਕਾ ਮੁੱਕੀ ਵੀ ਹੁੰਦੀ ਪਈ ਆ, ਕਿਉਂਕਿ ਬਹੁਤ ਸੰਗਤ ਆ ਲੰਘਣ ਨੂੰ। ਬਿਲਕੁਲ ਵੀ ਰਾਹ ਥੋੜ੍ਹਾ ਜਿਹਾ ਹੀ ਹੈਗਾ, ਜਿਹੜੀ ਮਰਜ਼ੀ ਗਲੀ 'ਚ ਐਂਟਰ ਕਰ ਜਾਈਏ ਇੱਥੇ। ਮੱਥਾ ਟੇਕ ਕੇ ਹੁਣ ਅਸੀਂ ਬਾਹਰ ਆ ਗਏ ਹਾਂ, ਅਤੇ ਹੁਣ ਅਸੀਂ ਛਕਣ ਲੱਗੇ ਹਾਂ ਲੰਗਰ, ਅਤੇ ਜਾਂ ਕੁਛ ਹੋਰ ਲੰਗਰ ਛਕਦੇ ਇੱਥੇ, ਅਤੇ ਤੁਹਾਨੂੰ ਵੀ ਵਿਖਾਉਂਦੇ ਇੱਥੇ ਕਿੰਨੀ ਸਾਰੀ ਰੌਣਕ ਹੈਗੀ, ਤੁਸੀਂ ਵੇਖ ਸਕਦੇ ਜੀ ਪਿਛਲੇ ਬੰਨੇ ਚਾਰੇ ਪਾਸੇ ਰੌਣਕ ਹੀ ਰੌਣਕ ਨਜ਼ਰ ਆਉਣ ਡੀ ਆ। ਇੰਨਾ ਜ਼ਿਆਦਾ ਹਨੇਰਾ ਆ ਚੁੱਕਾ ਨਾ ਇੱਥੇ, ਅਤੇ ਬੱਦਲ ਵੀ ਹੋ ਚੁੱਕਾ ਬਹੁਤ ਸਾਰਾ, ਅਤੇ ਪ੍ਰਸ਼ਾਦਾ ਹੀ ਛੱਕ ਲਿਆ, ਅਤੇ ਹੁਣ ਜੂਸ ਪੀ ਲਵਾਂਗੇ। ਬੜੀ ਗਰਮੀ ਸੀ ਪਹਿਲਾਂ, ਹੁਣ ਠੰਡਾ ਹੋ ਚੁੱਕਾ ਮੌਸਮ, ਕਿਉਂਕਿ ਬਹੁਤ ਸਾਰੀ ਹਵਾ ਆ ਚੁੱਕੀ ਆ। ਚਾਨਣੀਆਂ ਉੱਡ ਗਈਆਂ ਜੀ ਉੱਥੇ, ਚਾਨਣੀਆਂ ਉੱਡ ਗਈਆਂ ਇੱਥੇ। ਹਨੇਰੀ ਜਿਹੜੀ ਇਸ ਵੇਲੇ ਬਹੁਤ ਸਾਰੀ ਆ ਚੁੱਕੀ ਆ, ਘੱਟਾ ਘੱਟਾ 400 ਰੁਪਏ ਤੁਸੀਂ ਵੇਖ ਸਕਦੇ ਜੇ, ਅਤੇ ਬਹੁਤ ਸਾਰਾ ਹਨੇਰੀ ਆ ਚੁੱਕੀ ਆ, 400 ਰੁਪਏ ਘੱਟਾ ਹੀ ਘੱਟਾ ਨਜ਼ਰ ਆਉਣ ਡਿਆ। ਪਹਿਲਾਂ ਬਹੁਤ ਸਾਰੀ ਗਰਮੀ ਹੈਗੀ, ਅਤੇ ਹੁਣ ਮੌਸਮ ਥੋੜ੍ਹਾ ਜਿਹਾ ਠੰਡਾ ਹੋਇਆ, ਪਰ ਹਨੇਰੀ ਬਹੁਤ ਆ ਚੁੱਕੀ ਹੈ, ਘੱਟਾ ਘੱਟਾ ਹੋ ਗਿਆ 400 ਰੁਪਏ। ਬਾਬੇ ਰਗੜਾ ਲਾਉਣ ਡੇ ਆ, ਬਾਬੇ ਰਗੜਾ ਲਾਉਣ ਡੇ ਉੱਥੇ, ਅਤੇ ਇੱਧਰ ਚੱਲਣ ਡਿਆ ਕੇਲਿਆਂ ਦਾ ਜੂਸ ਮੇਰੇ ਵੀਰੇ ਉਹ, ਅਤੇ ਹੁਣ ਅੱਗੇ ਚੱਲਦੇ ਹਾਂ ਇਸ ਤੋਂ ਅੱਗੇ, ਕਿਉਂਕਿ ਮੱਥਾ ਟੇਕ ਲਿਆ ਪ੍ਰਸ਼ਾਦਾ ਛੱਕ ਲਿਆ, ਅਤੇ ਚਲੋ ਚੱਲਦੇ ਹਾਂ ਆਪਾਂ ਅੱਗੇ। ਲੰਗਰ ਮੇਰੇ ਵੀਡੀਓ ਇੱਥੇ ਚੱਲਦਾ ਪਿਆ ਹੈ, ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਤਰ੍ਹਾਂ ਦੇ ਲੰਗਰ ਚੱਲਣ ਡੇ ਆ ਮੇਰੇ ਵੀਡੀਓ ਦੇ। ਹੁਣ ਮੁੰਡੇ ਫੋਟੋ ਸ਼ੂਟ ਕਰਾਉਂਦੇ ਪਏ ਆ ਨਹਿਰ ਦੇ ਕੰਢੇ ਖਲੋ ਕੇ, ਅਤੇ ਜੇਖੇ ਨੇ ਤੁਸੀਂ ਵੇਖ ਸਕਦੇ ਜੇ ਮੁੰਡਿਆਂ 'ਚ ਕਿੰਨਾ ਜੋਸ਼ ਆ, ਅਤੇ ਫੋਟੋ ਸ਼ੂਟ ਕਰਾਉਣ ਲੱਗੇ ਨਹਿਰ ਦੇ ਕੰਢੇ 'ਤੇ ਖਲੋ ਕੇ। ਬਾਬੇ ਉਹ ਇੱਥੇ ਸਕੈਮ ਹੋਣ ਲੱਗਾ ਹੋਣੇ, ਧਿਆਨ ਨਾਲ ਵੇਖਿਓ, ਲਾਲ ਸ਼ਰਟ ਵਾਲੇ ਮੁੰਡੇ ਨੂੰ ਛੱਡ ਕੇ ਜਾਣ ਲੱਗੇ ਹਾਂ, ਅਤੇ ਚਲੋ ਚਲੋ ਤੁਰਪੋ ਨੂੰ ਛੱਡਦਾ ਇੱਥੇ ਹੀ ਰਹਿ ਗਿਆ ਕੱਲਾ ਚਾਂਦੀ ਦਾ ਛੱਲਾ। ਹੁਣ ਇਹ ਮੋਟਰਸਾਈਕਲ ਹੁਣ ਮੋਟਰਸਾਈਕਲ ਮੋੜਿਆ, ਅਤੇ ਉਹਨੂੰ ਲੈਣ ਜਾਣ ਡੇ ਆ, ਕਿੰਨੀ ਦੂਰ ਆ ਗਏ ਹਾਂ ਮੈਂ ਇਹ, ਅਤੇ ਵਿਹਨੇ ਆ ਕੀ ਕਰਦਾ ਭਲਾ, ਮੈਨੇ ਕਹਿਣਾ ਮੈਂ ਨਹੀਂ ਬਹਿਣਾ। ਚੱਲ ਆ ਜਾ, ਚੱਲੀਏ ਬਹਿ ਜਾ ਬਹਿ ਜਾ